ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼। ਜਲੰਧਰ ਕਪੂਰਥਲਾ ਹੁੰਦੇ ਹੋਏ ਨਗਰ ਕੀਰਤਨ ਸੁਲਤਾਨਪੁਰ ਲੋਧੀ ਪਹੁੰਚੇਗਾ ਅਤੇ 30 ਅਕਤੂਬਰ ਨੂੰ ਉੱਥੇ ਤਰਨ ਤਾਰਨ ਹੁੰਦੇ ਹੋਏ ਅੰਮ੍ਰਿਤਸਰ 'ਚ ਪਹੁੰਚੇਗਾ ਅਤੇ ਰਾਤ ਵਿਸ਼ਰਾਮ ਕਰੇਗਾ। 31 ਅਕਤੂਬਰ ਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਨਗਰ ਕੀਰਤਨ ਵਾਹਗਾ ਬਾਰਡਰ ਪਾਰ ਕਰੇਗਾ, ਫਿਰ ਇਤਿਹਾਸਿਕ ਗੁਰਦੁਆਰਾ ਨਨਕਾਣਾ ਸਾਹਿਬ 'ਚ ਪਹੁੰਚੇਗਾ। ਸਭੀ ਲੋਕ ਦਾ ਸਵਾਗਤ ਹੈ, ਆਪੋ ਬਹੁਤ ਬਹੁਤ ਵਧਾਈ ਔਰ ਗੁਰੂ ਮਹਾਰਾਜ ਕੀ ਕਿਰਪਾ ਸੇ ਇਸ ਜਗ੍ਹਾ ਆਪਕੇ ਬੀਚ ਆਨੇ ਕਾ ਮੌਕਾ ਮੁਝੇ ਮਿਲਾ ਔਰ ਗੁਰੂ ਨਾਨਕ ਦੇਵ ਜੀ ਕੇ 550ਵੇਂ ਪ੍ਰਕਾਸ਼ ਉਤਸਵ ਪਰ ਬਹੁਤ ਬਹੁਤ ਵਧਾਈ, ਬਹੁਤ ਬਹੁਤ ਵਧਾਈ। ਐਮਐਲਏ ਮਾਡਲ ਟਾਊਨ ਅਖਲੇਸ਼ਪਤੀ ਤ੍ਰਿਪਾਠੀ ਜੀ ਸਵਾਗਤ ਕਰੇ ਪੂਰੀ ਸੰਗਤ ਦਾ, ਪਾਲਜੀ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਰਬ ਨੂੰ ਸਮਰਪਿਤ ਮੈਂ ਸਮਝਦਾ ਹਾਂ ਕਿ ਅੱਜ ਦਿੱਲੀ ਦੀ ਸਮੂਹ ਸਿੱਖ ਸੰਗਤ ਵੱਲੋਂ ਸਮੁੱਚੇ ਗੁਰੂ ਖਾਲਸਾ ਪੰਥ ਵੱਲੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਠ ਔਰ ਪੰਜ ਪਿਆਰੇ ਪਹਿਰੇ ਸਾਹਿਬਾਨ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਥਾਨ ਗੁਰਦੁਆਰਾ ਨਾਨਕ ਪਿਆਰ ਸਾਹਿਬ ਤੋਂ ਪਰ ਆਰੰਭ ਹੋਇਆ, ਜਿਸ ਨੇ ਸ਼੍ਰੀ ਨਨਕਾਣਾ ਸਾਹਿਬ ਵਿਖੇ ਜਾ ਕੇ ਸੰਪੰਨ ਹੋਣਾ। ਜਿੰਨੀਆਂ ਸੰਗਤਾਂ ਸ਼ਾਮਿਲ ਹੋ ਰਹੀਆਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਹੈ ਸੱਚੇ ਪਾਤਸ਼ਾਹ ਸਭ ਦੀ ਹਾਜ਼ਰੀ ਜਿਹੜੀ ਹੈ ਪ੍ਰਵਾਨ ਕਰੇ। ਅੱਜ ਸ਼੍ਰੀ ਗੁਰੂ ਨਾਨਕ ਜੀ ਮਹਾਰਾਜ ਕੇ 550ਵੇਂ ਪ੍ਰਕਾਸ਼ ਉਤਸਵ ਕੇ ਅਵਸਰ ਪੇ ਮੈਂ ਸਭ ਲੋਕੋ ਕੋ ਬਹੁਤ ਬਹੁਤ ਵਧਾਈ ਦੇਤਾ ਹੂੰ ਔਰ ਅੱਜ ਜੋ ਇਹ ਇਤਿਹਾਸਿਕ ਨਗਰ ਕੀਰਤਨ ਨਿਕਾਲਾ ਜਾ ਰਹਾ ਹੈ ਇਸਕੇ ਸ਼ੁਭਾਰੰਭ ਪੇ ਮੈਂ ਸ਼ਰੀਕ ਹੋ ਪਾਇਆ, ਇਸਕੇ ਲੀਏ ਮੈਂ ਸੌਭਾਗਯਸ਼ਾਲੀ ਸਮਝਤਾ ਹੂੰ ਆਪਣੇ ਆਪਕੋ ਔਰ ਸਭ ਲੋਕੋ ਕੋ ਇਸਕੇ ਵਧਾਈ ਔਰ ਸ਼ੁਭਕਾਮਨਾਏ ਦੇਤਾ। ਇਸਮੇ ਹਮ ਸਮੁੱਚੀ ਸਰਕਾਰੋਂ ਕੋ ਖਾਸ ਤੌਰ ਪਰ ਹਿੰਦੁਸਤਾਨ ਕੀ ਸਰਕਾਰ ਔਰ ਪਾਕਿਸਤਾਨ ਕੀ ਸਰਕਾਰ, ਹਿੰਦੁਸਤਾਨ ਮੇ ਪਾਕਿਸਤਾਨ ਕੀ ਐਮਬੈਸੀ ਔਰ ਸਭ ਕਾਰਕੁਨੋਂ ਕੋ ਜਿਤਨੇ ਹੋ ਸਕੇ ਇਤਨੇ ਆਭਾਰੀ ਹਮ ਕਿ ਹਮਾਰੇ ਪਾਸ ਜੋ ਅਲਫਾਜ਼ ਨਹੀਂ ਹੈ ਉਨਕਾ ਦਿਮਾਗ ਕਰਨੇ ਕੇ ਲੀਏ। ਹਮ ਮੇਰੀ ਇੱਕ ਹੀ ਬੇਨਤੀ ਹੈ, ਯੇ ਨਗਰ ਕੀਰਤਨ ਸ਼ੁਰੂ ਹੋ ਰਹਾ ਹੈ, ਜੋ ਤੱਤ ਇਸਕੋ ਰੋਕਨੇ ਕੇ ਲੀਏ ਸਿਰ ਧੜਕੀ ਬਾਜੀ ਲਗਾ ਕੇ ਬੈਠੇ ਹੋਏ ਥੇ, ਅਬ ਉਹ ਬਸ ਕਰ ਦੇਵੇ। ਉਸ ਅਕਾਲ ਪੁਰਖ ਸੇ ਡਰੇ, ਗੁਰੂ ਨਾਨਕ ਸਾਹਿਬ ਸੇ ਡਰੇ, ਗੁਰੂ ਨਾਨਕ ਕੇ ਮਿਸ਼ਨ ਕੋ ਰੋੜੇ ਅਟਕਾਨੇ ਵਾਲੋਂ ਕੀ ਨਾ ਜੰਨਤ ਮੇਂ ਨਾ ਯਹਾਂ ਕਹੀਂ ਜਗ੍ਹਾ ਜਗ੍ਹਾ ਨਹੀਂ ਮਿਲੇਗੀ। ਅੱਜ ਦੇ ਨਗਰ ਕੀਰਤਨ ਦੀਆਂ ਜੋ ਗੁਰਦੁਆਰਾ ਨਨਕਾਣਾ ਨਾਨਕ ਪਿਓ ਸਾਹਿਬ, ਮੈਂ ਸੰਗਤਾਂ ਨੂੰ ਲੱਖ ਲੱਖ ਕਰੋੜ ਕਰੋੜ ਵਧਾਈ ਦਿੰਦਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ, ਜਿਹਦੇ ਪੂਰੀ ਮਾਨਵਤਾ ਕਾਇਨਾਤ ਮਨਾ ਰਹੀ ਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਦਿੱਲੀ ਦੀਆਂ ਸੰਗਤਾਂ, ਦੁਨੀਆ ਭਰ ਦੀਆਂ ਸੰਗਤਾਂ ਬੜੇ ਚਾਅ ਅਤੇ ਉਤਸਾਹ ਨਾਲ ਵੱਡੇ ਵੱਡੇ ਸਮਾਗਮ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ। ਸਾਡੀ ਹਰ ਕੋਸ਼ਿਸ਼ ਆ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜੋ ਸੰਦੇਸ਼ ਸੀ, ਉਪਦੇਸ਼ ਸੀ ਮਾਨਵਤਾ ਨੂੰ, ਉਹ ਅਸੀਂ ਘਰ ਘਰ ਪਹੁੰਚਾ ਸਕੀਏ। ਇਹ ਨਗਰ ਕੀਰਤਨ ਵੀ ਸਹਾਈ ਹੋਊਗਾ ਇਸ ਉਪਦੇਸ਼ ਔਰ ਸੰਦੇਸ਼ ਪਹੁੰਚਾਉਣ ਅੰਦਰ। ਮੈਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਜੋ ਵੀ ਇਹ ਨਗਰ ਕੀਰਤਨ ਨਿਕਲਦਾ ਹੋਇਆ ਜਾਏਗਾ, ਇਹ ਗੁਰੂ ਨਾਨਕ ਸਾਹਿਬ ਦਾ ਸੁਨੇਹਾ ਦਿੰਦਾ ਜਾਏਗਾ। ਗੁਰੂ ਨਾਨਕ ਸਾਹਿਬ ਦਾ ਸੁਨੇਹਾ ਸਿਰਫ ਸਿੱਖਾਂ ਲਈ ਨਹੀਂ ਸੀ, ਪੂਰੀ ਮਨੁੱਖਤਾ ਲਈ ਸੀ। ਮੈਂ ਸਮਝਦਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਤੋਂ ਜਿੱਥੇ ਨਤਮਸਤਕ ਹੋਣਗੀਆਂ, ਉੱਥੇ ਗੁਰੂ ਨਾਨਕ ਸਾਹਿਬ ਦੇ ਰਾਹ ਦੇ ਉੱਤੇ ਚੱਲਣ ਵਾਸਤੇ ਵੀ ਜ਼ਰੂਰ ਪ੍ਰੇਰਿਤ ਹੋਣਗੀਆਂ। ਹਮਾਰੀ ਇਨਕੇ ਲਈ ਨੇਕ ਖਾਹਿਸ਼ਾਤ ਹੈ ਕਿ ਖੈਰ ਖੈਰੀਅਤ ਸੇ ਇਹ ਆਪਣਾ ਨਗਰ ਕੀਰਤਨ ਮੁਕੰਮਲ ਕਰੇਂ ਔਰ ਸਭਸੇ ਬੜੀ ਬਾਤ ਇਹ ਹੈ ਕਿ ਹਮਾਰੀ ਖਾਹਿਸ਼ ਹੈ ਕਿ ਇਹ ਅਮਨ ਕੀ ਤਰਫ ਇਸਸੇ ਦੋਨੋਂ ਮੁਲਕੋਂ ਕੇ ਦਰਮਿਆਨ ਮੇਂ ਅਮਨ ਔਰ ਭਾਈਚਾਰਾ ਮਜ਼ੀਦ ਬੜੇ, ਤੋ ਹਮ ਇਸਕੋ ਇੱਕ ਪੋਜ਼ੀਟਿਵ ਸਪਿਰਿਟ ਮੇਂ ਦੇਖਤੇ ਹੈ
اور یہ ایک مقدس فریضہ ہے آپ کے سکھ کمیونٹی کے لیے، اور ہم اس کی بڑی قدر کرتے ہیں، بڑی